भाई शालू नाल फौजी बागड़ी नेट ते पिंदरी लब्बा फरोशा नाल रूप फरोशा गौरव दूसरी साइड टीम भाई फरोशा ए सेंटर च बिंदी नाल भाई कैती बुलशा पिंदा नेट ते अर्श चलूर मैच स्टार्ट जी। जितगी संदीप मान जी खंजराल जितगी सी चल पिया कम जी लो जी कैमरे सामने पनिहारी दूसरी साइड फरोशाई दी टीम है जी जित गया संगरूर वीरे पिंदर जित गए भाई रोपा नहीं है हरजीत भाई छेवीं दियां टाइयां पाउण लग्या भाई पाउण ही लग्या छेवीं दियां टाइयां पा दो खिच दो गा मिठाइयां धीरा भाई साडा जिथे भी टाइयां कढ़दियां अपना आ गए भी साडा धीरा जिथे भी वाटर साडा लाइव कर दो भाई टाइयां वधिया वधिया अस्ती शांडा वधिया भाई लाइव आपां टाइयां जिहड़ियां कढ दईए इक तगड़ी लाइव दी शुरुआत हो गई है मैच सिरा भाई कैमरे सामने पनिहारी नहीं हरम लोग फाइनल लास्ट क्वार्टर आई रणजीत हर गया सी भाई रणदीप बुटर यार कोकरी बुटर वाला वेलकम रणदीप भाई जिन्हें एक तगड़ी सफलता जी जोड़ दी है तगड़ी है भाई पनिहारी भी सेट तगड़ा बनया है जी गर्भरी भाई देखो की बनता भाई आया साजन वीरे सिद्धू आया भाई लौलख भाई हरजीत भाई की गोपी भाई खेडता गोपी खेडया वीरे कर दिया अपडेट भाई धन्यवाद गोल्डी भाई बूटे डीसी राम सर वेलकम दीप टाइम वेट गुरविंद गुरप्रीत सिंह भाई ताइया पैन लगे भाई सैमी दी मैच आवाज दस दौ सही आंदे भाई धन्यवाद कुलविंदर बराड़ भाई वेट वेट भाई टाइया पा देनी नाल ही अपडेट खड़ारी खंजरवाल ਸਲੇਮ ਸਾਹਿਬ ਹਿੰਮਤਪੁਰਾ ਤੇ ਜਿਹੜੀਆਂ ਜੇਤੂ ਟੀਮਾਂ ਸਲੇਮ ਸਾਹਿਬ ਦੀ ਟੀਮ ਕਰੀ ਆ ਗਿਆ ਹਿੰਮਤਪੁਰਾ ਦੀ ਆ ਗਿਆ ਜੀ ਖੰਜਰਵਾਲ ਦੀ ਟੀਮ ਦਾ ਇੱਕ ਪਲੇਅਰ ਅਜੇ ਸਹੀ ਨਹੀਂ ਹੈ ਲੱਗਦਾ ਬਾਬਾ ਜੀ ਕਰਦੀ ਹੈ ਅਸਲੇਮ ਦਾ ਹਾਲ ਹੈ ਕਰਦੋ ਜੀ ਆ ਜਾਓ
ਸੈਮੀ ਫਾਈਨਲ ਚ ਠੀਕ ਆ ਠੀਕ ਆ ਲਓ ਜੀ ਪਵਾ ਦਿਓ ਪਟਾਕੇ ਜਰਵਾਲ ਲਿਖੀ ਕਰੋ
ਜੇਤੂ ਖੰਜਰਵਾਲ ਤੇ ਜੇਤੂ ਤੇ ਇਧਰੋਂ ਜੇਤੂ ਜੀ ਚੱਲਦੇ ਮੈਚ ਸਲੀਮ ਸ਼ਾਹ ਤੇ ਹਮਦ ਸਲੀਮ ਸ਼ਾਹ ਤੇ ਹਮ ਇਹਨਾਂ ਜੋ ਰੋਸ਼ਾ ਹੀ ਦੂਜਾ ਸੇ ਵੀ ਤਾਹੀ ਤਾਂ ਪੁੱਛੇ ਮੈਂ ਲਓ ਜੀ ਤੇ ਵੀ ਉਹ ਵੀ ਹੋਣਾ ਜੇ ਮੈਂ ਤਾਂ ਕਹਿਆ ਤਾਂ ਲਓ ਜੀ ਸਾਹਿਬ ਆ ਗਿਆ ਪੈ ਚੁੱਕੀ ਹੈ ਲੈ ਵੀ ਗਿਆ ਨੇ ਨੰਬਰ ਦੱਸ ਗਿਆ ਨਾ ਕਿੰਨੇ ਕਿੰਨੇ ਹੋ ਗਏ ਆ ਜਾ ਇਧਰ ਮਾੜਾ ਆ ਛੋਟਾ ਵੀਰ ਆ ਝਲੂਰ ਵਾਲਾ ਹਲੇ ਬਾਈ ਆਪ ਕੋਈ ਜੁੜ ਗਿਆ ਸਮੇਂ ਦਾ ਕਬੱਟਾ ਬਣ ਜਾਣਾ ਹੈ ਹਲੇ ਹੋਈ ਆ ਨੰਬਰ ਦੱਸ ਬਹੁਲ ਨੂੰ ਪੁੱਛ ਇਧਰ ਮੈਂ ਮਾੜਾ ਆ ਆਈ ਬਾਈ ਇਧਰ ਨੂੰ ਮੇਰੇ ਹੋਈ ਮਾੜਾ ਸਾਈਡ ਤੇ ਭਰਾ ਬਣ ਕੇ ਦੋ ਤੇ ਘੁਮਿਆ ਘੁਮਿਆ ਦੋ ਨੰਬਰ ਦੇ ਜਿਹੜੇ ਫਰੋਸ਼ਾ ਦੀ ਇਹ ਟੀਮ ਦੇ ਨੇ ਸਲੀਮ ਸ਼ਾਹ ਦਾ ਮੈਚ ਦੂਜਾ ਸੈਮੀ ਗੱਭਰੂ ਨੇ ਧੰਨ ਧੰਨ ਕਰਵਾਈ ਪਈ ਹੈ ਤਾਂ ਉਹ ਸਾਹਮਣੇ ਮੁੰਡੇ ਨੇ ਟਰਾਈ ਜਿਹੜੀ ਕਰਦੀ ਹੈ ਇਧਰ ਬਾਈ ਨੀ ਕਹਿ ਰਿਹਾ ਪ੍ਰਸ਼ਾਦਾ ਬਣ ਗਏ ਵੀ ਵੀਰ ਰਹਿ ਗਿਆ ਜ਼ਰੂਰ ਛਕ ਲਓ ਕੋਈ ਵੀਰ ਰਹਿ ਨਾ ਜਾਵੇ ਲੰਗਰ ਚਾਹ ਵੀ ਬਾਈ ਕਿਵੇਂ ਕਮਾਲ ਹੀ ਹੈ ਵੱਡੇ ਪ੍ਰਬੰਧ ਕੀਤੇ ਹੋਏ ਸਾਡੇ ਮਿੱਤਰਾਂ ਨੇ ਜੇ ਕੋਈ ਵੀਰ ਰਹਿ ਗਿਆ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਉਹ ਜ਼ਰੂਰ ਛਕ ਸਕਦਾ ਹੈ ਤਾਂ ਉਹ ਸਾਹਮਣੇ ਤਗੜਾ ਮੈਚ ਜਿਹੜਾ ਲਾਸਟ ਕੁਆਟਰ ਫਾਈਨਲ ਖੇਡਿਆ ਜਾ ਰਿਹਾ ਹੈ ਸੈਮੀ ਦੀਆਂ ਟਾਈਆਂ ਮੈਨੂੰ ਲੱਗਦਾ ਕੱਢ ਦਿੱਤੀਆਂ ਨੇ ਵੀਰਾਂ ਨੇ ਤੇ ਮੈਨੂੰ ਦੱਸ ਦੇਈ ਕੈਮਰੇ ਸਾਹਮਣੇ ਫਰੋਸ਼ਾ ਦੂਸਰੀ ਸਾਈਡ ਕੈਮਰੇ ਸਾਹਮਣੇ ਭਿਆਰੀ ਬਾਈ ਲਾਓ ਸੈਮੀ ਦੀਆਂ ਟਾਈਆਂ ਵੀ ਕੱਢ ਦਿੱਤੀਆਂ ਨੇ ਤੇ ਪਹਿਲਾ ਸੈਮੀ ਹੈ ਜਿਹੜਾ ਸਲੀਮ ਸ਼ਾਹ ਤੇ ਹਿੰਮਤਪੁਰਾ ਤੇ ਜਿਹੜਾ ਜਿੱਤ ਗਿਆ ਉਹਨੂੰ ਖੱਜਰ ਵਾਲੀ ਉਡੀਕਦੇ ਜਿਹੜਾ ਜਿੱਤ ਗਿਆ ਜਿੱਤਣ ਵਾਲੀ ਟੀਮ ਦਾ ਮੈਚ ਜਿਹੜਾ ਉਹ ਖੱਜਰ ਵਾਲਾ ਦੂਜਾ ਸੈਮੀ ਫਾਈਨਲ ਖੇਡਿਆ ਜਾਣਾ ਹੈ ਤੇ ਪ੍ਰਬੰਧ ਜਿਹੜੇ ਹੁਕਮ ਲਾਉਣਗੇ ਤੇ ਗੱਲਾਂ ਕਹਿੰਦੇ ਹੋਣਗੀਆਂ ਉਹ ਸਾਹਮਣੇ ਮੈਚ ਜਿਹੜੇ ਸੈਮੀ ਜਿਹੜੀਆਂ ਟਾਈਆਂ ਕੱਢ ਦਿੱਤੀਆਂ ਮਿੱਤਰਾਂ ਨੇ ਜਿੱਤਣ ਵਾਲੀ ਟੀਮ ਦੀ ਟੱਕਰ ਜਿਹੜੀ ਖੱਜਰ ਵਾਲੇ ਨਾਲ ਅਗਲੀ ਦਾ ਪਿੰਦਰੀ ਇਹ ਮੁੰਡਾ ਕਹਿੰਦੇ ਅੰਗਰੇਜ਼ੀ ਕਿਤਾਬਾਂ ਪੜ੍ਹੀ ਹੋਣਾ ਸਾਰਾ ਦਿਨ ਇੰਗਲਿਸ਼ ਲਿਟਰੇਚਰ ਨੂੰ ਮੁੰਡਾ ਪਿਆਰ ਕਰਦਾ ਹੈ ਇਹ ਆ ਪਿੰਦਰੀ ਅਗਲੀ ਉਹਦੀ ਧਰਤੀ ਦਾ ਜੰਗ ਭਾਂਦੇ ਲਾ ਕੇ ਪਿੰਡ ਹੈ ਗੱਭਰੂ ਦਾ ਜਿਹੜੇ ਕਹਿੰਦੇ ਬਠਿੰਡੇ ਦੇ ਚਰਚੇ ਨੇ ਔਰ ਸਾਹਮਣੇ ਆਏ ਜਿਹੜੀ ਸਫਲ ਦਾ ਵਾਅਦਾ ਹੋ ਚੁੱਕਿਆ ਹੈ ਔਰ ਕੱਚੀ ਦੇ ਫੈਸਲੇ ਜਿਹੜੇ ਉਹ ਵੱਡੇ ਕਰ ਦਿੱਤੇ ਹੈ ਔਰ ਸਾਹਮਣੇ ਫੈਸਲਾ ਮੁੰਡਾ ਕਰ ਗਿਆ ਹੈ ਕਿ ਸਫਲਤਾ ਗੱਭਰੂ ਨੇ ਕਰ ਦਿੱਤਾ ਆਪਣੀ ਟੀਮ ਦੇ ਲਈ ਲੈ ਵੀ ਬੱਗੀ ਵਾਲਿਆ ਆ ਕਰਸ਼ਵੀ ਸੱਜਣਾ ਸ਼ਰੀਕ ਬਣਿਆ ਬੈਠਾ ਆ ਜੈਨ ਮੁੰਡਾ ਵਿਰੋਧੀ ਟੀਮ ਨੇ ਵੇਖਿਆ ਇੱਕ ਪਾਸੇ ਲੱਤਾਂ ਦੇ ਗੌਰਵ ਨਾਲ ਰੂਪਾ ਤੇ ਪਿਆਰ ਦੇ ਭਰਾਵਾਂ ਤੋਂ ਵੱਧ ਗਿਆ ਝਲੂਰਾ ਆਸ ਦੇ ਨਾਲ ਆ ਜੈਨ ਕਹਿੰਦੇ ਸਮਾਂ ਵੱਡੀ ਚੀਜ਼ ਹੈ ਹਿੰਮਤਪੁਰੀਆ ਵੀ ਟੱਕਰਾ ਕਿ ਸਲੀਮ ਸ਼ਾਹ ਨਾਲ ਟੱਕਰਾ ਰਣਨੀਤੀ ਕੋਈ ਵੱਡੀ ਬਣਾਉਣੀ ਪੈਣੀ ਹੈ ਜਿਹੜਾ ਮੇਰੇ ਵਾਲਾ ਫੈਸਲੇ ਹੋਣਗੇ ਛੇ ਦੇ ਕਹਿੰਦੇ ਚਾਰ ਦਾ ਮੁਕਾਬਲਾ ਔਰ ਸੱਤਵੇਂ ਦੀ ਡਰਾਈ ਜਿਹੜੀ ਉਹ ਮੁੰਡਿਆਂ ਨੇ ਕਰ ਦਿੱਤੀ ਹੈ ਫਿਰ ਕਹਿੰਦੇ ਲੱਗਾ ਹੋਇਆ ਸਬਰ ਸਿਰਕ ਤੋਂ ਟੋਲੀ ਨਾ ਤੂੰ ਸ਼ੇਰ ਪੰਜਾਬ ਦਿਆ ਤੇ ਘਾਟਾ ਕੋਹਨੂੰ ਬੈਠ ਤੇਰੀ ਇਹ ਫੁੱਲ ਗੁਲਾਬ ਦਿਆ ਉਹ ਮਿੱਟੀ ਮੱਥੇ ਚੁੰਮ ਲਾਉਣਗੇ ਤੇਰੀਆਂ ਰਾਵਾਂ ਦੀ ਤੇ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾਂ ਦੀ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾਂ ਦੀ
ਦੁਨੀਆਂ ਦਾ ਕਹਿੰਦੇ ਰੁਸਤਮ ਜੋੜਾ ਹੈ ਨਾ ਉਸ ਸਾਹਮਣੇ ਕਹਿੰਦੇ ਕਮਾਲ ਦਾ ਖਿਡਾਰੀ ਇੱਕ ਵੱਡਾ ਮਲ ਬਣ ਗਿਆ ਹੈ ਪਰ ਗੱਡੀ ਨੇ ਫੈਸਲੇ ਕਰਦੇ ਹੈ ਕਿ ਆਵੇ ਫਾਉਲਾ ਤੇ ਫਾਉਲਾ ਹੈ ਔਰ ਫਸਲ ਦਾ ਜਿਹੜੀ ਫਰੋਸ਼ਾ ਦੇ ਖਾਤੇ ਹੈ ਨਾ ਉਹ ਪਿੰਡੀ ਕਹਿੰਦੇ ਤਿਆਰ ਬਣ ਤਿਆਰ ਹੈ ਫਰੋਸ਼ਾ ਦਾ ਪਿੰਡੀ ਉਹ ਖਿਡਾਰੀ ਹੈ ਕਦੇ ਤਰਸ ਨਹੀਂ ਵੀਰੇ ਗੋਪਾ ਨਹੀਂ ਹੈ ਮਨਪ੍ਰੀਤ ਬਾਈ ਕਦੇ ਗਰੀਬੀ ਦਾ ਢੋਰਾ ਸੁਣ ਗਿਆ ਜਿਹੜੀ ਪੱਟਿਆ ਇਹਨੇ ਇਹਨੇ ਮਿਹਨਤ ਕੀਤੀ ਹੈ ਮਿਹਨਤ ਕੀਤੀ ਹੈ ਬਿੰਦੀ ਤੇ ਹਾਉਲਾ ਨੇ ਕੀਤੀਆਂ ਨੀ ਚਾਪਲੂਸੀਆਂ ਇਹ ਗੱਲ ਤੇ ਪੱਕੀ ਹੈ ਕਦੇ ਬਿੰਦੀ ਨੇ ਆਪਣੇ ਹਾਲਾਤ ਨੀ ਸੁਣਿਆ ਕੇ ਰੱਖੇ ਕਿ ਮੈਂ ਤੇ ਆਏ ਕਰਕੇ ਖੇਡਣ ਆਉਣਾ ਹੈ ਪਰ ਬਿੰਦੀ ਦਾ ਪਿਆਰ ਹੈ ਖੇਡ ਦੇ ਨਾਲ ਅੱਜ ਵੀ ਸਿੱਟਾ ਪੂਰਾ ਤਾਂ ਉਹ ਸਾਹਮਣੇ ਦੁਨੀਆਂ ਦਾ ਉਸਤਾਦ ਬਣ ਗਿਆ ਔਰ ਕਾਰੋਂ ਦੀ ਡਰਾਈ ਹੈ ਅੱਜ ਕੰਪਿਊਟਰ ਵੱਡੇ ਮਾਲ ਜਿਹੜੇ ਅਧਾਰੇ ਮੰਗੇ ਹੋਏ ਆ ਵਿੱਕੀ ਵੀ ਆਇਆ ਸੰਧੂ ਪਟਿਹਾਰੀ ਦਾ ਪਰ ਚਰਚੇ ਕਹਿੰਦੇ ਪਿਸ਼ਤੀ ਦੇ ਵੀ ਬੜੇ ਆ ਔਰ ਚਰਚੇ ਫੌਜੀ ਦੇ ਵੀ ਬੜੇ ਆ ਔਰ ਗੌਰਵ ਫਿਰ ਗਲਤੀ ਕਰ ਬੈਠਾ ਹੈ ਮਿਹਨਤ ਕੀਤੀ ਜ਼ਿਆਦਾ ਮਿਹਨਤ ਕੀਤੀ ਜ਼ਿਆਦਾ ਪਰ ਭਿੱਡਾ ਕਹਿੰਦਾ ਹੱਡ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ ਭਿੱਡਾ ਕਹਿੰਦਾ ਹੱਡ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ ਚਲਾਉਣਾ ਵੀ ਨੈਟ ਹਾਂ ਬਾਈ ਚਲਾਉਣਾ ਮੈਂ ਯਾਰ ਸਲੀਮ ਸ਼ਾਹ ਤੇ ਹਿੰਮਤਪੁਰਾ ਵੀਰ ਕਹਿ ਰਹੇ ਮੈਚ ਇੱਕ ਨੰਬਰ ਨਾ ਬੂਟੇ ਦੋ ਨੰਬਰ ਜੇ ਮੈਚ ਹੋਊਗਾ ਪਹਿਲਾਂ ਸੈਮੀ ਟੀਮ ਆ ਜਾਣਾ ਸਲੀਮ ਸ਼ਾਹ ਤੇ ਹਿੰਮਤਪੁਰਾ ਪਹਿਲਾ ਸੈਮੀ ਫਾਈਨਲ ਮੈਚ ਖੇਡਣ ਲਈ ਇਹ ਟੀਮਾਂ ਨੂੰ ਸਾਡੀ ਬੇਨਤੀ ਹੈ ਪ੍ਰਬੰਧਕਾਂ ਨੇ ਜਿਵੇਂ ਕਹਿਣਾ ਅਸੀਂ ਬੋਲ ਦੇਣਾ ਹੈ ਸਾਡੀ ਰਿਕੁਐਸਟ ਹੈ ਬੇਨਤੀ ਹੈ ਟੀਮਾਂ ਦੇ ਖਿਡਾਰੀ ਨੋਟ ਕਰ ਲੈਣ ਹਿੰਮਤਪੁਰਾ ਦੇ ਸੁਨੀਲ ਸ਼ਾਹ ਇਹ ਟੀਮ ਆ ਜਾਣ ਦੋ ਨੰਬਰ ਗਰਾਊਂਡ 'ਚ ਪਹਿਲਾ ਸੈਮੀ ਮੈਚ ਖੇਡਣ ਦੇ ਲਈ ਬੇਨਤੀ ਹੈ ਸਾਡੀ ਟੀਮਾਂ ਨੂੰ ਖੰਜਰਵਾਲ ਦੇ ਨਾਲ ਵੀਰੇ ਸੈਮੀ ਫਾਈਨਲ ਭੈਣ ਦੱਸਦੇ ਆ ਅਮਨਪ੍ਰੀਤ ਹੰਦ ਬਾਈ ਰੇਟ ਵੀ ਆਓ ਜੀ ਸਲੀਮ ਸ਼ਾਹ ਤੇ ਹਿੰਮਤਪੁਰਾ ਟੀਮਾਂ ਨੂੰ ਸਾਡੀ ਬੇਨਤੀ ਹੈ ਦੋਵੇਂ ਟੀਮਾਂ ਦੇ ਖਿਡਾਰੀ ਜਲਦੀ ਨਾਲ ਗਰਾਊਂਡ 'ਚ ਆ ਜਾਣ ਦੋ ਨੰਬਰ 'ਚ ਮੈਚ ਜਿਹੜਾ ਖੇਡਿਆ ਜਾਵੇਗਾ ਲਓ ਸਾਹਮਣੇ ਹਿੰਮਤਪੁਰੀ ਰਾਜੂ ਨੇ ਵੀ ਐਨ ਰੱਬ ਨੂੰ ਯਾਦ ਕੀਤਾ ਹੈ ਆਪਣੀ ਟੀਮ ਦੇ ਲਈ ਟਾਈਮ ਆਊਟ ਦੇ ਇਸ਼ਾਰੇ ਨੇ ਹੋਰ ਸ਼ਬਾਜ ਜੀ ਲਖਨਊ ਤੋਂ ਆਏ ਹੋ ਚੜਾਈ ਲਓ ਬਾਈ ਜੀ ਹੁਣ ਨੀ ਹੱਲਦਾ ਕੈਮਰਾ ਬਿਲਕੁਲ ਸੈੱਟ ਆ ਬਾਈ ਲਖਨਊ ਮੈਟਰੋ ਬਣ ਗਿਆ ਕੰਜਰਵਾਲ ਦੇ ਵਿੱਚ ਸੁਖਮਨ ਤੇ ਬਿੱਟੂ ਰੋਡੇ ਉੱਥੇ ਮਿਊਨਿਸਪਲ ਕਾਰ ਦੇਖੀ ਐ ਜੀ ਰੋਡੇ ਵਾਲੇ ਹੁਣ ਐਂਡ 2 ਨੰਬਰ ਨੂੰ ਜਾਣਾ ਪੈਣਾ ਤੇ ਧੱਕਾ ਕਰਨ ਲੱਗ ਗਏ ਇਹ ਆ ਬਿੱਟੂ
ਇਹਦੀਆਂ ਯਾਰੀਆਂ ਵੀ ਕਹਿੰਦੇ ਇੰਡੋਨੇਸ਼ੀਆ ਜਿਹੜੇ ਪਰ ਸਾਹਮਣੇ ਸਾਈਡਾਂ ਜਿਹੜੀਆਂ ਤੇਜ਼ ਹੋ ਗਈਆਂ ਲਓ ਸਾਹਮਣੇ ਨੰਬਰ ਆਪਾਂ ਦੱਸੀਏ ਜੀ ਗਿਆਰਾਂ ਕਿ ਦਸ ਦਸ ਪੰਜ ਦਸ ਨੰਬਰ ਆਪਣੇ ਹਾਰੀ ਦੇ ਔਰ ਪੰਜ ਨੰਬਰ ਜਿਹੜੇ ਫੇਰੂ ਸ਼ਹਿਰ ਦੀ ਇਹ ਟੀਮ ਰਹਿੰਦੇ ਦਸ ਤੇ ਪੰਜ ਦਾ ਮੁਕਾਬਲਾ ਸਾਈਡਾਂ ਚੇਂਜ ਹੋ ਚੁੱਕੀਆਂ ਨੇ टक्कर खंजरवाल की होनी है जेड़ा जित गया सत्ते होनी सुखे होनी उड़ीकते पिंदर बन गए लाओ सामने जोर सारा लग जाना है रणदीप बुटर हुकम करो भाई जिंदगी का प्यारा वीर भाई रवि भादला जिंदगी का प्यारा वीर भाई भुलर भुलर भाई दुनिया का कहते रोशन खिलाड़ी है सिर में बाला मोर रहा मुंडा पर इधरले पास प्रिंसीपल की ड्राई है यह दिल्ली फेरू शहर वाला दुनिया तो कोई ला जाता बार कसर तो खाली हाथ सिकंदर ने जा सकता कुछ नाल सची ला जाता और तुरिया फिर भी किसी की ताकत है बिल्ला संगोवाल भाई गैल जिस कारण वेलकम बिले भाई ਕਾਸੂ ਦੇ ਗੋਲੇ ਦੇ ਕਹਿ ਕੇ ਇਹ ਕੁਆਟਰ ਮੈਚ ਹੈ ਦੂਆ ਚ ਸੈਮੀ ਹੋਣੀ ਬਈ ਹਜੇ
12 ਜਸਪਾਲ ਸਿੰਘ ਦਿਓਲ ਹਾਂਜੀ ਹਾਂਜੀ ਵੀਰੇ ਸੱਤਾ ਆਇਆ ਬਾਈ ਖੰਜਰਾਲ ਦੇ ਵਿੱਚ ਆ ਬਾਈ ਕਾਲਾ ਗਿੱਲ ਵੀਰੇ ਤਰਸੇਮ ਨਹੀਂ ਆਇਆ ਬਾਈ ਓਏ ਹੋਏ ਬਹੁਤ ਸੋਹਣਾ ਬੱਬੂ ਹਾਕਮ ਵਾਲਾ ਸਿੱਧੂ ਦਾ ਮੈਚ ਵੀਰੇ ਸੈਮੀ ਫਾਈਨਲ ਹਿੰਮਤਪੁਰੇ ਨਾਲ ਬਰਾਬਰੀ ਵਾਂਗ ਗੱਡਾਂ ਚੱਲਣ ਹੋਣਗੀਆਂ ਪਰ ਯਾਰੀ ਪੱਕੀ ਆ ਮੁੰਡਿਆਂ ਦੀ ਯਾਰੀ ਪੱਕੀ ਹੈ ਮੈਚ ਵੀ ਤਗੜਾ ਹੁਣ ਪ੍ਰਬੰਧਕਾਂ ਨੇ ਵੀ ਫੈਸਲੇ ਜਿਹੜੇ ਵੱਡੇ ਕਰ ਲਏ ਨੇ ਹੁਣ ਨੰਬਰ ਕੌਣ ਜੋੜੇਗਾ ਕੰਪਿਊਟਰ ਨੇ ਦੁਨੀਆਂ ਨੂੰ ਦੱਸ ਦਿੱਤਾ ਕਿ ਅਸੀਂ ਵੀ ਪੂਰੋਂ ਚੱਲ ਕੇ ਆਏ ਹਾਂ ਤੇ ਕੱਲੇ ਕੱਲੇ ਕਿਲੋਮੀਟਰ ਦਾ ਅੱਜ ਕਹਿੰਦਾ ਮੁੱਲ ਹੋ ਕੇ ਜਾਣਾ ਹੈ ਆਓ ਸਰਵੇ ਜਿਹੜੀ ਟੀਮ ਹੈਗੀ ਹੈ 12 ਨੰਬਰ ਜਿਹੜੇ 25 ਦੀ ਟੀਮ ਦੇ ਹੈ 8 ਪੁਆਇੰਟ ਜਿਹੜੇ ਉਹ ਫਰੋਸ਼ਾ ਦੀ ਇਹ ਟੀਮ ਦੇ ਨੇ ਆਓ ਸਾਹਮਣੇ ਭੇਟਾ ਕਹਿੰਦਾ ਟੈਂਸ਼ਨ ਨਾ ਲਓ
ਉਹ ਪਰਲੇ
ਭਾਗਲਾ ਫੌਜੀਆ ਜੇ ਪਿੰਡੀ ਦੇ ਚੱਪੇ ਚੜ ਗਿਆ ਨਾ ਆਓ ਸਾਹਮਣੇ ਫੇਰ ਅਗਲਾ ਦੂਰ ਬੜੀ ਹੈ ਮੇਰਾ ਲੱਗੂ ਜਿਵੇਂ ਚਿੰਤਪੁਰ ਦੀ ਜਾਣਾ ਹੈ ਜੇ ਪਿੰਡੀ ਦੇ ਧੱਕੇ ਚੜ੍ਹੀਏ ਨਾ ਤੇ ਮਾਗੇ ਜਾਓਗੇ ਗੱਲ ਪੱਕੀ ਹੈ ਜੇ ਪਿੰਡੀ ਦੇ ਝਾਕੇ ਜਾਗੇ ਨਾ ਮਾਗੇ ਜਾਓਗੇ ਇਹ ਗੱਲ ਪੱਕੀ ਹੈ ਆਓ ਸਾਹਮਣੇ ਤਜਰਬਾ ਵੀ ਵੱਡਾ ਮੁੰਡੇ ਦਾ ਹੁਣ ਹਸਰਾ ਯਾਰ ਚੌਲਾਂ ਨੂੰ ਫਸੇ ਦਿੰਦਾ ਤੇ ਰੌਲਦਾ ਵੀ ਉੱਥੇ ਨੇ ਸੋਲਾਂ ਦੇ 17 ਤਰੀਕ ਜਿਹੜੀ ਰੌਣਕ ਲੱਗਣੀ ਹੈ ਸਦਾ ਨਾ ਦਾਬੀ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ
सदा ना रहते मित्र बैठे सदा ना मैं पड़ियारा सदा ना मैं पड़ियारा समय समय भी गल है समा चंगा भी आता है समा माड़ा भी आता है लो फिर मैदान बड़ा भागा भरिया दिन है बड़ा मेला खेडा जा रहे हैं झंडे भी हल्का हल्का झूल रहे हैं बड़े सोहने लग रहे हैं अज चतर जिले लुधियाने की खेल मैदान है सब तो वादी है कहते जिले लुधियाने की एक तकड़ा मैं खेल मैदान देखी है गुस्से उपर बजन सांप न साटा बेस्ट ग्राउंडा दे पैन पटाके बेस्ट मिट्टो दिया लाटा फिर खान वाले नाल टपते करते पूरिया घाटा आ मेला भर चलिया लोग लैन बराबर कटा मेला भर चलिया अज भर जो बंदे जरा मेला खेलिया जा रहा है साथी जो भी एक मेरे नंबर जरूर दस दे किन्नी किन्नी टीम की दसो जी कि नंबर हो गए फर्क पै चुका है पर दिल्ली एन हौली हौली करके सामने ट्राई मुंडिया की वड्डी है और अब चगर मैं भी मुंडा ही हाँ दो साल कुड़ी के गल करके मैं तो कहती वीरे सॉरी मैं भी मुंडा ही हाँ ते गल जी हुई ने मैदान हार होंगी देख के मैदान नहीं हो सकती कुंडिया के सिंह फसे होंगे खेती का सफेद सौखे कि वी दे आखदा पछाण वाला मेहनत की जित होंगी जे डोलिया च जोर हो गए फिर पंज गड्डी दे फिर पंज गड्डी दे फिर ही पंज गड्डे आंदे ये डोलिया च याद होंगी है और इधर ते फाल हो गया है लाके यार बन गई है पर सामने सफल ना जेड़ी ओपन हारी दे खाते है अज जाना भी डबल पॉइंट जेड़ा है ते केड़ी टीम ने सपोर्ट कीती आवे मुड़े आ जा बाल तो ਤੈਨੂੰ ਪਤਾ ਨਾ ਛੱਡ ਦੇ ਕੰਬੀਜਨ ਮੇਰੇ ਹੱਥ ਠੰਡੇ ਸਵਾਹ ਪੁਆਇੰਟ ਪੁੱਛੀ ਬਾਈ ਕਿੰਨੇ ਦੇ ਦੋ ਨੰਬਰ ਹੱਥ ਠਰਦੇ ਓਏ ਠਰੇ 14 ਦਾ ਤੋਂ ਹੀ ਜੀ ਚੇਂਜ ਹੋ ਗਈ ਕਰਬ 14 ਦੇ 10 4 ਨੰਬਰ ਦਾ ਫਰਕ ਹੈ ਕਰਾਉਣਾ ਜੀ ਮੈਚ ਇੱਕ ਫੈਸਲਾ ਕਰੋ ਕਮੇਟੀ ਵਾਲੋ ਚੱਲੀ ਟੈਂਸ਼ਨ ਲਈ ਜਾਂਦੇ ਕਰਦੇ ਗੋਲੀ एक फैसला कर लो मेरे भरा कि आप मैच करा या नहीं करा करा जी मैच वीर कहते करा मैच सलेम शाह हिम्मत बुरा टीम आ जा लाओ वेलकम ले रहे हैं भाई संदीप बाबूपिया भाई एक गल दसा यार चलन दे यार आ जा इधर आ जा जंदू 16 तारीख को 16 तरीक नवान सदे महे की धरती से कला महला से रसूलपुर जी के बाबू राजवली ने बाता पाइया है 16 तरीक आल ओपन का वाला कप्ता है महलिया भा सदे दिते है दिखी साढ़े वीर का पेटा है 16 तरीक नवान सदे ने राहुल 14-15 कौन कर रहा है पर बिंदी भी वेर आया है ਸੋਚਾਂ
बहुत तकड़ा मैच हिंदुगा सलेम साहब हिम्मत भरा मैं जो भी जने बड़ा यादगार खेला जाना है ये तो खेडू खंजरवाल के नाल यत्न वाली टीम का तड़का पंद्रह पनेहरी दस फरोज शाह स्कोर वीरे पंद्रह पनेहरी दे दस फरोज शाह ए बिंदी दे भाई पंद्रह दो नंबर ग्राउंड दी टीमां और दोवें साडी गुजारिश है बेनती है दो नंबर ग्राउंड दी दोवें टीमां हिम्मतपुरा ते सलीम शाह के हिम्मत करके देख ला जे गल बन जावे अगे बढ़ने की कौन किसी राह दिता बाकी दुख तो सारे हस के कर लीए बेबी तेरा दुख रवा दिता हिम्मत करके देख ला जे गल बन जाए अगे बढ़ने की कौन किसी नंबर 16 बाबा जी लागे है उधर हंबड़ वाले बाबा जी बचे हुए हैं ਤਿੰਨ ਟੀਮਾਂ ਦੇ ਖਿਡਾਰੀ ਜਲਦੀ ਦੇ ਨਾਲ ਆਓ 16 ਦੇ 10 ਹੁਣ ਲੱਗੀ ਹੋਈ ਹੈ ਦੁਨੀਆ ਤੱਕ ਰਹੀ ਹੈ ਤੇ ਜਿਹੜੀ ਟੀਮ ਜਿੱਤਦੀ ਹੈ ਤੇ ਖੰਜਰਵਾਲ ਨੂੰ ਪਟਾਕੇ ਬੜੇ ਪੈਣੇ ਹੈ ਜਿਹੜਾ ਮਰਜ਼ੀ ਜਿੱਤੀ ਆਪਾਂ ਦੇ ਸਵਾਲ ਰਹਿਣਾ ਆਓ ਬੱਲੇ ਸਾਡਾ ਤਾੜੀ ਤੂੜੀ ਮਾਰ ਦੋ ਬਿੰਦੀ ਦੀ ਲੋਕੋ ਤਾੜੀ ਤੂੜੀ ਮਾਰ ਦੋ ਬਿੰਦੀ ਦੇ ਲਈ ਮੁੰਡੇ ਨੇ ਧੰਨ ਧੰਨ ਕਰਵਾ ਦੀ ਹੈ ਹੁਣ 17ਵਾਂ ਭੰਮੇ 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 ਭਾਉ ਭਾਈ ਅੰਸ਼ਨ ਭਾਈ ਦੇ ਬੜਕੀ ਬੜੀ ਸਟਾਈਲ ਵਾਲੀ ਹੈ ਇਹ ਮੋਡੀਫਾਈ ਬਣ ਗਿਆ ਮੇਰੇ ਹਿਸਾਬ ਨਾਲ ਜਿਵੇਂ ਸਕੂਟਰ ਮੋਡੀਫਾਈ ਹੁੰਦੇ ਨੇ ਬੜਕਾ ਮੋਡੀਫਾਈ ਨੇ ਲਓ ਨੰਬਰ 4 ਦਾ ਉਗਵਾ ਰਵੀ ਟੱਕਦਾ ਹੈ ਤੇ ਰਵੀ ਦੀਆਂ ਅੱਖਾਂ ਵੀ ਐਣ ਕਦੇ ਜਗਦੀਆਂ ਰਾਤ ਨੂੰ ਨੰਬਰ 4 ਦਾ ਜਿਹੜਾ ਜੁੜ ਗਿਆ ਹੈ 17 ਦੇ ਕਹਿੰਦੇ 10 ਦਾ ਮੁਕਾਬਲਾ ਹੈ ਹੁਣ ਖੇਡ ਬਣਾ ਕੇ ਦੋ ਨੰਬਰ ਚਾਚਾ ਜੀ ਜਿਹੜੇ ਬਾਕੀ ਰਹਿ ਗਏ ਨੇ 17 ਤੋਂ 18 18 ਗੋਲੀ ਹੋਣਗੇ ਤੇ ਜਾਂ ਫਿਰ ਮੁੰਡਾ ਫੇਰੂ ਸ਼ਹਿਰ ਵਾਲਾ ਸਾਨੂੰ ਸਟੇਜ ਕਰਵਾਵੇਗਾ ਇਹਦੇ ਗੱਲਾਂ ਬਾਤਾਂ ਜਿਹੜੀਆਂ ਸਮੇਂ ਦੀ ਆਉਣਗੀਆਂ ਵੈਲਕਮ ਬਾਈ ਕਾਸ਼ ਤੋਂ ਕੱਪਾ ਪਾਉਣਾ ਤੇ ਜਾਂ ਫਿਰ ਸਾਹਮਣੇ ਰੌਲਾ ਆਪਾਂ ਜਿਹੜਾ ਪੈ ਗਿਆ ਹੈ ਪਰ ਗੱਜੀ ਦੇ ਫੈਸਲੇ ਵੱਡੇ ਨੇ ਹੁਣ 17 ਨੰਬਰ ਜੁੜ ਚੁੱਕਿਆ ਹੈ ਹੁਣ ਖਾਣੇ ਦੀ ਡਰਾਈ ਮੁੰਡਿਆਂ ਨੇ ਕਰ ਦਿੱਤੀ ਹੈ ਤਾਂ ਉਹ ਬੱਲੇ 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 ਹੋ ਗਈ ਹੈ ਤਾਂ ਉਹ ਫੌਜੀਆ ਨਹੀਂ ਹੋ ਰਹੀ ਤਾਂ ਤੇ ਲੱਗ ਦੀ ਜਵਾਨੀ ਚੰਗੀ ਸ਼ਾਸਤਰੀ ਦੇ ਖੇਡਦੀ ਹੈ ਉਹ ਚੱਕਦਾ ਬੜਾਪਾ ਦੇ ਸਿਆਣੀ ਗੱਲ ਕਰੇਗਾ ਗੇਮ ਬਾਲ ਜੀ ਸਵਾਰੀ ਜਿਹੜੀ ਕਰ ਰੱਖੇ ਮਾਪਿਆਂ ਦਾ ਸੂਰਮੇ ਦੀ ਸੋਭਾ ਜੇ ਮੈਦਾਨੇ ਜੰਗ ਲੜੇਗਾ ਸੂਰਮੇ ਦੀ ਸੋਭਾ ਦੇ ਮੈਦਾਨੇ ਜੰਗ ਲੜੇਗਾ ਗੇਮ ਦਾ ਤਰਸੇਮ ਨਹੀਂ ਆਇਆ ਸੀਗਾ ਬਾਈ ਪਨਿਆਰੀ ਦੀ ਗੇਮ ਬਾਲ ਪਨਿਆਰੀ ਜੇਤੂ ਆ ਜੀ ਸਮਾਪਤ ਇਸ ਮੈਚ ਦੇ ਵਿੱਚ ਪਨਿਆਰੀ ਦੀ ਟੀਮ ਜਿੱਤ ਗਈ ਪਨਿਆਰੀ ਜੇਤੂ ਆ ਜੀ ਖੰਜਰਵਾਲ ਦਾ ਮੈਚ ਖੰਜਰਵਾਲ ਦੇ ਨਾਲ ਹੈ ਤਗੜਾ ਮੈਚ ਲੱਗਣਾ ਬਾਈ ਪਨਿਆਰੀ